ਦਿਆਦਾ ਪਰਮੇਸ਼ਰ ਦੇ ਅੰਦਰ ਹੈ, ਹੋਰ ਕਿਸੇ ਦੇ ਅੰਦਰ ਕਿੱਥੇ ਹੈ? ਬਹੁਤ ਬੜਾ ਗੁਣ ਹੈ ਦਿਆਦਾ। ਜਾਨ ਕੋ ਦੇਖੋ, ਦਸਮ ਪਾਤਸ਼ਾਹ ਕੀ ਕਹਿੰਦੇ, ਜਾਨ ਕੋ ਦੇ ਤਾਂ ਅਜਾਨ ਕੋ ਦੇ ਤਾਂ ਜ਼ਮੀਨ ਕੋ ਦੇ ਤਾਂ ਜ਼ਮਾਨੇ ਕੋ ਦੈ ਹੈ, ਸਾਰਿਆਂ ਨੂੰ ਦੇਈ ਦੇਈ ਜਾਂਦਾ। ਜਿਹੜਾ ਉਹਨੂੰ ਜਾਣਦਾ ਉਹਨੂੰ ਦਿੰਦਾ, ਜਿਹੜਾ ਨਹੀਂ ਜਾਣਦਾ ਉਹਨੂੰ ਵੀ ਦੇਈ ਜਾਂਦਾ। ਜਿਹਨੂੰ ਪਤਾ ਨਹੀਂ ਨਾ ਵੀ ਕੌਣ ਦਿੰਦਾ ਉਹਨੂੰ ਵੀ ਦੇਈ ਜਾਂਦਾ, ਜਿਹੜਾ ਮੰਨਦਾ ਨਹੀਂ ਵੀ ਉਹ ਦਿੰਦਾ ਉਹਨੂੰ ਵੀ ਦੇਈ ਜਾਂਦਾ। ਦਿਆ ਹੈ ਉਹਦੇ ਅੰਦਰ ਤਾਂ ਦੇਈ ਜਾਂਦਾ, ਦੇਣਾ ਉਹਦੀ ਡਿਊਟੀ ਹੈ। ਦਿਆ ਨਿਧ ਹੈ, ਦਿਆ ਨਿਧ ਦੀਨ ਦਿਆਲ ਦਿਆ ਨਿਧ ਦਿਆਨੰਦ ਦੋਖਨ ਦੇਖਦਾ ਹੈ, ਸਾਡੇ ਨੁਕਸ ਦੇਖਦਾ ਹੈ, ਸਾਡੇ ਅੰਦਰ ਜਿਹੜੇ ਨੁਕਸ ਨੇ ਕਮੀਆਂ ਉਹਨਾਂ ਨੂੰ ਦੇਖਦਾ ਹੈ, ਪਰ ਦੇਤ ਨਾ ਸਾਡਾ ਐਡਾ ਦਿਆ ਦਾ ਨਿਧੀ ਖਜ਼ਾਨਾ, ਸਾਡੀਆਂ ਕਮੀਆਂ ਨੂੰ ਦੇਖਦਾ ਹੋਇਆ ਵੀ ਜਾਣਦਾ ਹੋਇਆ ਵੀ ਦੇਈ ਜਾਂਦਾ, ਪ੍ਰਵਾਹ ਨਹੀਂ ਕਰਦਾ। ਦਿਆ ਪਰਮੇਸ਼ਰ ਤੇ ਹਰ ਕਿਸੇ ਆਦਮੀ 'ਚ ਕਿੱਥੇ ਦਿਆ ਹੋਜੂਗੀ? ਐਵੇਂ ਦਿਆ ਦਾ ਰੌਲਾ ਪਾਇਆ ਹੋਇਆ ਨਾ। ਅਜੰਦਾ ਸੰਸਾਰ ਨੂੰ ਇਹ ਨਹੀਂ ਪਤਾ ਦਿਆ ਹੁੰਦੀ ਕੀ ਹੈ। ਸੰਤ ਪ੍ਰਚਾਰ ਕਰੀ ਜਾਂਦੇ ਨੇ, ਝੂਠਦੇ ਰਹਿੰਦੇ, ਇਹਨਾਂ ਨੂੰ ਕੀ ਪਤਾ ਵੀ ਦਿਆ ਕੀ ਹੁੰਦੀ ਹੈ। ਗੁਰਬਾਣੀ ਕਹਿੰਦੇ ਦਿਆ ਜਾਣੇ ਜੀ ਕੀ, ਕੁਛ ਭੁੱਲਦਾ ਅੰਦਰ। ਪੰਡਤ ਨੂੰ ਕਿਹਾ ਤੂੰ ਭੁੱਲਦਾਰ ਫੇਰ ਕਰੀ, ਪਹਿਲਾਂ ਜੀ ਦੀ ਦਿਆ, ਦਿਆ ਜੀ ਦੀ ਤਾਂ ਜਾਣੂ ਪਹਿਲਾਂ ਜੇ ਜੀ ਨੂੰ ਜਾਣੂ। ਜੀ ਦਾ ਤਾਂ ਪਤਾ ਨਹੀਂ ਕੀ ਹੁੰਦਾ, ਉਹਦੇ ਦਿਆ ਨੂੰ ਕਿੱਥੇ ਜਾਣ ਲੋ। ਅਜੇ ਜਿਹਨੂੰ ਜੀ ਦਾ ਹੀ ਨਹੀਂ ਪਤਾ ਕੀ ਹੈ, ਉਹ ਦਿਆ ਉਹਦੀ ਕਿਵੇਂ ਜਾਣ ਲੂਗਾ?